ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹੋ ਜਿਹਾ ਕੀ ਹੋਇਆ? ਬੀਬੀ ਹਰਜਿੰਦਰ ਕੌਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ, ਖਾਸੇ ਪ੍ਰਭਾਵ ਨੇ ਬੀਬੀ ਹਰਜਿੰਦਰ ਕੌਰ ਦੇ ਪਰ ਵਿਵਾਦਾਂ ਦੇ ਵਿੱਚ ਰਹੇ ਨੇ, ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਇਹ ਫੈਸਲਾ ਕੀਤਾ ਆ ਔਰ ਉਹਨਾਂ ਨੇ ਨੋਟਿਸ ਜਾਰੀ ਕਰਕੇ ਅਤੇ ਬੀਬੀ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਹੁਣ ਉਹ ਪਾਰਟੀ ਦੇ ਵਿੱਚ ਨਹੀਂ ਰਹਿ ਸਕਦੇ ਜਾਂ ਫਿਰ ਹੁਣ ਉਹ ਬਤੌਰ ਮੈਂਬਰ ਨਹੀਂ ਰਹਿ ਸਕਦੇ। ਬੀਬੀ ਹਰਜਿੰਦਰ ਕੌਰ ਤੋਂ ਮੌਜੂਦਾ ਸੇਵਾਵਾਂ ਜਿਹੜੀਆਂ ਨੇ ਉਹ ਖੋ ਲਈਆਂ ਗਈਆਂ ਨੇ। ਇਲਜ਼ਾਮ ਜਿਹੜੇ ਲੱਗੇ ਨੇ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਨੇ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਅਜੇ ਹੁਣ ਨਹੀਂ ਲੱਗੇ, ਇਸ ਤੋਂ ਪਹਿਲਾਂ ਵੀ ਉਹਨਾਂ ਦੇ ਉੱਤੇ ਲੱਗਦੇ ਰਹੇ ਨੇ ਔਰ ਹੁਣ ਦਾ ਇਲਜ਼ਾਮ ਜਿਹੜਾ ਆ ਉਹ ਇਹ ਕਹਿੰਦਾ ਆ ਕਿ ਉਹਨਾਂ ਨੇ ਭਾਜਪਾ ਦੇ ਚੰਡੀਗੜ੍ਹ ਤੋਂ ਉਮੀਦਵਾਰ ਸੰਜੇ ਟੰਡਨ ਦਾ ਸਿੱਧਾ ਅਤੇ ਇੱਕ ਪਾਸੜ ਸਮਰਥਨ ਕੀਤਾ। ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਭਾਜਪਾ ਨੂੰ ਹਮਾਇਤ ਕੀਤੀ ਹੈ, ਇੱਕ ਪਾਸੜ ਹਮਾਇਤ ਕੀਤੀ ਹੈ, ਇਸ ਵਾਸਤੇ ਫੈਸਲਾ ਜਿਹੜਾ ਉਹ ਲੈ ਲਿਆ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਇਲਜ਼ਾਮ ਪਹਿਲੀ ਵਾਰ ਨਹੀਂ ਲੱਗਿਆ, ਇਸ ਤੋਂ ਪਹਿਲਾਂ ਵੀ ਇਹੋ ਜਿਹੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ। ਚੰਡੀਗੜ੍ਹ ਦੇ ਵਿੱਚ ਮੇਅਰ ਰਹਿ ਚੁੱਕੇ ਨੇ ਬੀਬੀ ਹਰਜਿੰਦਰ ਕੌਰ ਔਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਬੀਬੀ ਹਰਜਿੰਦਰ ਕੌਰ। ਬੜੀ ਵਾਰ ਮੀਟਿੰਗਸ ਦੇ ਵਿੱਚ ਉਹ ਦੇਖੇ ਗਏ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਮੀਟਿੰਗਸ ਹੁੰਦੀਆਂ ਨੇ ਤਾਂ ਉੱਥੇ ਮੌਜੂਦ ਹੁੰਦੇ ਨੇ ਬੀਬੀ ਹਰਜਿੰਦਰ ਕੌਰ। ਖਾਸਾ ਰਸੂਖ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਹੈਗਾ ਆ ਪਰ ਆਖਿਰਕਾਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਔਰ ਬਲਵਿੰਦਰ ਸਿੰਘ ਭੂੰਦੜ ਦਾ ਇਹ ਦਾਅਵਾ ਆ ਕਿ ਉਹਨਾਂ ਦੇ ਕੋਲ ਵੀਡੀਓ ਸਬੂਤ ਮੌਜੂਦ ਨੇ ਕਿ ਬੀਬੀ ਇੱਕ ਪਾਸੜ ਸਮਰਥਨ ਜਿਹੜਾ ਆ ਉਹ ਦੇ ਰਹੇ ਸਨ ਸੰਜੇ ਟੰਡਨ ਨੂੰ। ਇਲਜ਼ਾਮ ਇਹ ਵੀ ਲਗਾਏ ਗਏ ਨੇ ਕਿ ਪਹਿਲਾਂ ਵੀ ਉਹਨਾਂ ਦਾ ਸਮਰਥਨ ਇਸ ਤਰ੍ਹਾਂ ਦਾ ਰਿਹਾ ਔਰ ਇਸ ਹੱਦ ਤੱਕ ਦਾ ਸਮਰਥਨ ਰਿਹਾ ਹੈ ਕਿ ਉਹਨਾਂ ਨੇ ਸਮਰਥਨ ਦੇ ਕੇ ਬੀਜੇਪੀ ਨੂੰ ਸਮਰਥਨ ਦੇ ਕੇ ਅਤੇ ਬਹੁਤ ਸਾਰੇ ਅਹੁਦੇ ਜਿਹੜੇ ਨੇ ਉਹ ਅਖਤਿਆਰ ਕੀਤੇ ਨੇ, ਜਿਸ ਦੇ ਬਾਰੇ ਦੇ ਵਿੱਚ ਚੰਡੀਗੜ੍ਹ ਇਕਾਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਉਸ ਨੇ ਪਾਰਟੀ ਨੂੰ ਸ਼ਿਕਾਇਤ ਕੀਤੀ ਔਰ ਉਸੇ ਤੋਂ ਬਾਅਦ ਇਹ ਫੈਸਲਾ ਜਿਹੜਾ ਉਹ ਲੈ ਲਿਆ ਜਾਂਦਾ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਔਰ ਨਾਲ ਦੀ ਨਾਲ ਉਹਨਾਂ 'ਤੇ ਇਲਜ਼ਾਮ ਹੈ ਬੀਜੇਪੀ ਦੀ ਇੱਕ ਪਾਸੜ ਹਮਾਇਤ ਕਰਨ ਦਾ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਮੀਦਵਾਰ ਜਿਹੜਾ ਚੰਡੀਗੜ੍ਹ ਨਾਲ ਤਾਲੁਕ ਰੱਖਦਾ ਸੀ, ਜਿਹਨੂੰ ਐਲਾਨਿਆ ਗਿਆ ਸੀ ਚੰਡੀਗੜ੍ਹ ਤੋਂ, ਉਸ ਨੇ ਪਾਰਟੀ ਛੱਡ ਦਿੱਤੀ ਔਰ ਇੱਥੋਂ ਤੱਕ ਹੋ ਗਿਆ ਕਿ ਚੰਡੀਗੜ੍ਹ ਦੀ ਅਕਾਲੀ ਦਲ ਇਕਾਈ ਜਿਹੜੀ ਆ ਉਹ ਵੀ ਜਲਦ ਤੋਂ ਜਲਦ ਪਾਰਟੀ ਛੱਡ ਸਕਦੀ ਹੈ। ਉਸ ਨੇ ਇਹ ਇਲਜ਼ਾਮ ਲਾਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੰਡੀਗੜ੍ਹ ਦੇ ਨਾਲ ਕੋਈ ਮਤਲਬ ਨਹੀਂ ਹੈ, ਉਹ ਚੰਡੀਗੜ੍ਹ ਆ ਕੇ ਕੋਈ ਵੀ ਰੈਲੀ ਨਹੀਂ ਕਰ ਰਹੇ, ਨਾ ਹੀ ਕਿਸੇ ਵੱਡੇ ਲੀਡਰ ਨੂੰ ਇੱਥੋਂ ਉਤਾਰਿਆ, ਜੇ ਜਿੱਤਣਾ ਸੀ ਤਾਂ ਇੱਥੋਂ ਵੱਡਾ ਲੀਡਰ ਉਤਾਰਿਆ ਜਾ ਸਕਦਾ ਸੀ। ਖੈਰ ਉਹ ਪਾਰਟੀ ਛੱਡ ਜਾਂਦੇ ਨੇ, ਉਸ ਤੋਂ ਬਾਅਦ ਬੀਬੀ ਹਰਜਿੰਦਰ ਕੌਰ ਨੂੰ ਬਾਹਰ ਕੱਢ ਦਿੱਤਾ ਜਾਂਦਾ, ਬਾਹਰ ਦਾ ਰਾਹ ਦਿਖਾ ਦਿੱਤਾ ਜਾਂਦਾ। ਇੱਕ ਪਾਸੇ ਬੀਜੇਪੀ ਦੇ ਵੱਲੋਂ ਉਮੀਦਵਾਰ ਐਲਾਨਿਆ ਹੋਇਆ ਸੰਜੇ ਟੰਡਨ ਉਮੀਦਵਾਰ ਨੇ, ਪਰ ਦੂਜੇ ਪਾਸੇ ਬੀਬੀ ਹਰਜਿੰਦਰ ਕੌਰ ਦੇ ਉੱਤੇ ਇਲਜ਼ਾਮ ਹੈ ਕਿ ਉਹ ਸੰਜੇ ਟੰਡਨ ਦੀ ਹਮਾਇਤ ਕਰਦੇ ਪਏ ਨੇ, ਜਿਸ ਵਾਸਤੇ ਇਹ ਵੱਡਾ ਫੈਸਲਾ ਲੈ ਲਿਆ ਗਿਆ, ਜਿਸ ਨੂੰ ਲੈ ਕੇ ਵੀਡੀਓ ਸਬੂਤ ਤੱਕ ਮੌਜੂਦ ਨੇ। ਇਹ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਬਲਵਿੰਦਰ ਸਿੰਘ ਭੂੰਦੜ ਜਿਹੜੇ ਨੇ ਇਸ ਗੱਲ ਦਾ ਦਾਅਵਾ ਕਰਦੇ ਦੱਸੇ ਗਏ ਨੇ, ਪਰ ਹੁਣ ਗੱਲ ਇੱਥੇ ਆ ਕੇ ਖੜਦੀ ਹੈ ਕਿ ਬੀਜੇਪੀ ਦਾ ਸਮਰਥਨ ਬੀਬੀ ਹਰਜਿੰਦਰ ਕੌਰ ਕਰ ਰਹੇ ਨੇ, ਇਹ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਨਜ਼ਰ ਆਉਣ ਲੱਗਿਆ? ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਰਿਹਾ ਉਸ ਵੇਲੇ ਵੀ ਤਾਂ ਸਿੱਧਾ ਸਮਰਥਨ ਜਿਹੜਾ ਉਹ ਬੀਜੇਪੀ ਨੂੰ ਹੁੰਦਾ ਸੀ, ਉਸ ਵੇਲੇ ਵੀ ਚੰਡੀਗੜ੍ਹ ਤੋਂ ਜਿਹੜਾ ਉਮੀਦਵਾਰ ਖੜਦਾ ਸੀ ਉਹ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਖੜਿਆ, ਉਸ ਵੇਲੇ ਵੀ ਤਾਂ ਬੀਜੇਪੀ ਨੇ ਆਪਣਾ ਉਮੀਦਵਾਰ ਐਲਾਨਿਆ ਹੁੰਦਾ ਸੀਗਾ ਚੰਡੀਗੜ੍ਹ ਤੋਂ, ਅਤੇ ਉਸ ਉਮੀਦਵਾਰ ਦਾ ਸਮਰਥਨ ਵੀ ਕੀਤਾ ਜਾਂਦਾ ਸੀ, ਯਾਨੀ ਕਿ ਆਪ ਕੀਤਾ ਜਾਵੇ ਤਾਂ ਕੋਈ ਮਸਲਾ ਨਹੀਂ ਹੈ, ਜੇ ਦੂਜਾ ਕਰੇ ਤਾਂ ਗੁਨਾਹ ਹੋ ਜਾਂਦਾ। ਖੈਰ ਇਸ ਮਸਲੇ ਨੂੰ ਲੈ ਕੇ ਪਾਰਟੀ ਜਿਹੜੀ ਆ ਉਹ ਜ਼ਰੂਰ ਬੀਬੀ ਹਰਜਿੰਦਰ ਕੌਰ ਤੋਂ ਖਫਾ ਹੈ ਔਰ ਜਿਸ ਵਾਸਤੇ ਇਹ ਫੈਸਲਾ ਲੈ ਲਿਆ ਗਿਆ, ਪਰ ਜੋ ਬੀਬੀ ਹਰਜਿੰਦਰ ਕੌਰ ਨੇ ਹੁਣ ਕੀਤਾ ਜਾਂ ਜੋ ਹੁਣ ਸਾਹਮਣੇ ਆਇਆ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਵੇਲੇ ਕਰਦੀ ਹੀ ਰਹੀ ਹੈ, ਉਹ ਸਭ ਕੁਝ ਤਾਂ ਕੀਤਾ ਹੀ ਜਾਂਦਾ ਰਿਹਾ, ਸਮਰਥਨ ਤਾਂ ਉਦੋਂ ਵੀ ਕੀਤਾ ਜਾਂਦਾ ਰਿਹਾ ਜਿੱਥੋਂ ਜਿੱਥੋਂ ਬੀਜੇਪੀ ਦਾ ਉਮੀਦਵਾਰ ਖੜਿਆ ਆ, ਉਹ ਭਾਵੇਂ ਪੰਜਾਬ ਹੋਵੇ ਜਾਂ ਚੰਡੀਗੜ੍ਹ ਹੋਵੇ, ਉੱਥੇ ਸਮਰਥਨ ਕੀਤਾ ਹੀ ਗਿਆ।
ਫਿਰ ਇੱਥੇ ਆ ਕੇ ਹੁਣ ਬੀਬੀ ਹਰਜਿੰਦਰ ਕੌਰ ਕਿਉਂ ਗਲਤ ਬਣ ਗਏ? ਕਿਉਂ ਬੀਬੀ ਹਰਜਿੰਦਰ ਕੌਰ ਨੂੰ ਗਲਤ ਠਹਿਰਾ ਕੇ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ? ਕਿਉਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਬਾਹਰ ਦਾ ਰਸਤਾ ਕਿਉਂ ਨਹੀਂ ਦਿਖਾਇਆ ਜਾ ਰਿਹਾ, ਜਿਹੜੇ ਸੀਨੀਅਰ ਲੀਡਰ ਇੱਕ ਸਮੇਂ ਦੇ ਉੱਤੇ ਬੀਜੇਪੀ ਨੂੰ ਸਮਰਥਨ ਦਿੰਦੇ ਰਹੇ ਨੇ, ਬੀਜੇਪੀ ਦੇ ਹਰ ਉਸ ਉਮੀਦਵਾਰ ਨੂੰ ਸਮਰਥਨ ਦਿੰਦੇ ਰਹੇ ਨੇ, ਉਹਨਾਂ ਦੇ ਹੱਕ 'ਚ ਜਾ ਕੇ ਗੱਲਾਂ ਕਰਦੇ ਰਹੇ ਨੇ, ਕਿਉਂ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਨਹੀਂ ਦਿਖਾਇਆ ਜਾ ਰਿਹਾ? ਪਰ ਉਹ ਦੂਜੇ ਪਾਸੇ ਜੇ ਬੀਬੀ ਹਰਜਿੰਦਰ ਕੌਰ ਦੇ ਬਾਰੇ 'ਚ ਹੁਣ ਗੱਲਾਂ ਖੁੱਲਦੀਆਂ ਪਈਆਂ ਨੇ ਤਾਂ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਹੈਰਾਨੀ ਦੀ ਗੱਲ ਹੈ ਜ਼ਰੂਰ, ਪਾਰਟੀ ਦੇ ਸੀਨੀਅਰ ਲੀਡਰ ਨੇ ਜੋ ਚਾਹੇ ਉਹ ਕਰ ਸਕਦੇ ਨੇ, ਪਾਰਟੀ ਜੋ ਚਲਾ ਰਹੇ ਨੇ ਉਹ ਕਿਸ ਤਰ੍ਹਾਂ ਪਾਰਟੀ 'ਚੋਂ ਬਾਹਰ ਹੋ ਸਕਦੇ ਨੇ, ਜਿਸ ਵਾਸਤੇ ਬਾਕੀਆਂ ਨੂੰ ਜ਼ਰੂਰ ਪਾਰਟੀ 'ਚੋਂ ਜਿਹੜਾ ਬਾਹਰ ਉਹ ਕੀਤਾ ਜਾ ਸਕਦਾ, ਔਰ ਉਹ ਸਾਹਮਣੇ ਪੇਸ਼ ਵੀ ਆ ਰਿਹਾ, ਨਜ਼ਰ ਆ ਰਿਹਾ। ਇਸ ਦੇ ਵਿੱਚ ਸਾਫ਼ ਕੋਈ ਦੋ ਰਹਿ ਨਹੀਂ ਬਚੀ ਕਿ ਬੀਬੀ ਤੋਂ ਹੁਣ ਸਾਰੇ ਅਹੁਦੇ ਜਿਹੜੇ ਨੇ ਉਹ ਖੋਲ੍ਹੇ ਗਏ ਨੇ ਔਰ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ, ਉਹਨਾਂ ਦੇ ਕੋਲੋਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਖੋਲ੍ਹੀਆਂ ਗਈਆਂ ਨੇ, ਦਾਅਵਾ ਕੀਤਾ ਗਿਆ ਕਿ ਵੀਡੀਓ ਸਬੂਤ ਮੌਜੂਦ ਨੇ, ਬੀਜੇਪੀ ਦੇ ਸੰਜੇ ਟੰਡਨ ਨੂੰ ਸਮਰਥਨ ਦਿੱਤਾ ਸੀ ਇਹ ਇਲਜ਼ਾਮ ਨੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।